ਅਸੀਂ ਇੰਨੇ ਸਾਲਾਂ ਤੋਂ ਅਸੀਂ ਲੋ ਜ਼ਿਮੀਂਦਾਰਾਂ ਨੂੰ ਇਸ ਬਿਨੇ ਧੱਕੀ ਗਏ ਕਿ ਕਣਕ ਕਰ ਲਓ, ਝੋਨਾ ਕਰ ਲਓ। ਔਰ ਝੋਨੇ ਵਰਗੀ, ਸਾਡੇ ਵਰਗੀ, ਮੈਂ ਕਹਿੰਦਾ ਪੰਜਾਬੀਆਂ ਵਰਗੀ ਬੇਵਕੂਫ ਕੌਮ ਕੋਈ ਨਹੀਂ ਗੀ। ਜਦੋਂ ਮੈਂ ਨਿੱਕਾ ਹੁੰਦਾ ਸੀ, ਅਸੀਂ ਨਹਿਰ ਦਾ ਪਾਣੀ ਖੇਤਾਂ 'ਚ ਲਾਉਂਦੇ ਸੀ, ਹੁਣ ਸਾਡੇ ਨਹਿਰ ਆਉਂਦੀ ਨਹੀਂ ਗੀ, ਲੋਕਾਂ ਨੇ, ਜ਼ਿਮੀਂਦਾਰਾਂ ਨੇ ਪਾਣੀ ਲਾਉਣਾ ਬੰਦ ਕਰਤਾ। ਔਰ ਮੈਂ ਜ਼ਿਮੀਂਦਾਰਾਂ ਨੂੰ ਵੀ ਕਹਿੰਦਾ ਕਿ ਤੁਸੀਂ ਅੱਜ ਕੱਲ੍ਹ ਆਰਾਮ ਪ੍ਰਸਤ ਹੋ ਗਏ ਹੋ, ਕਿਉਂਕਿ ਪਾਣੀ ਮੰਗਦੇ ਨਹੀਂ ਗੇ, ਔਰ ਜਿਹੜੇ ਡਿਪਾਰਟਮੈਂਟ ਦੇ ਬੰਦੇ ਉਹ ਨਹਿਰਾਂ 'ਚ ਪਾਣੀ ਘੱਲਦੇ ਨਹੀਂ ਗੇ। ਅੱਗੇ ਲੋਕ ਲੜਦੇ ਸੀ ਪਾਣੀ ਵਾਸਤੇ, ਹੁਣ ਲੋਕਾਂ ਨੂੰ, ਕਿਉਂਕਿ ਜ਼ਮੀਨ 'ਚੋਂ ਪਾਣੀ ਮੁਫਤ ਮਿਲ ਜਾਂਦਾ, ਬੱਤੀ ਮੁਫਤ ਹੈ, ਸਟਾਰਟਰ ਨੱਪਣ ਦੀ ਲੋੜ ਨਹੀਂ ਪੈਂਦੀ, ਸਟਾਰਟਰ ਹਮੇਸ਼ਾ ਪ੍ਰੈਸ ਹੀ ਹੁੰਦਾ ਇਹਨਾਂ ਦਾ, ਆਟੋ ਸਟਾਰਟ 'ਤੇ ਹੁੰਦਾ, ਜਦੋਂ ਲਾਈਟ ਆ ਗਈ ਮੋਟਰ ਚੱਲ ਪੈਂਦੀ, ਲਾਈਟ ਗਈ ਤਾਂ ਮੋਟਰ ਬੰਦ ਹੋ ਜਾਂਦੀ ਆ। ਜਦੋਂ ਨਹਿਰ ਦਾ ਪਾਣੀ ਲਾਉਣਾ ਪੈਂਦਾ ਤਾਂ ਸਾਨੂੰ ਨੱਕੇ ਲਾਉਣੇ ਪੈਂਦੇ ਆ, ਮੋਗੇ ਵੱਡੇ ਵੱਡੇ ਹੁੰਦੇ ਆ, ਨੱਕੇ ਲਾਉਣ ਨੂੰ ਦੋ ਬੰਦੇ ਚਾਹੀਦੇ ਹੁੰਦੇ ਕਈ ਵਾਰੀ। ਸੋ ਸਮੱਸਿਆ ਇਹ ਹੈ ਕਿ ਸਾਨੂੰ ਪਾਣੀ ਬਚਾਉਣਾ ਚਾਹੀਦਾ ਆਪਣਾ, ਪਹਿਲੀ ਗੱਲ ਤਾਂ ਇਹ। ਜੇ ਅਸੀਂ ਪਾਣੀ ਰਾਈਸ ਪ੍ਰੋਡਿਊਸ ਕਰਦੇ ਹਾਂ, ਜੋ ਬਹੁਤ ਸਾਰਾ ਪਾਣੀ ਵਰਦੀ ਹੈ, ਉਹ ਸਾਡਾ ਜਿਹੜਾ ਪ੍ਰਾਂਤ ਹੈ ਉਹ ਰੇਗਿਸਤਾਨ ਬਣੀ ਜਾਣ ਡਿਆ। ਅੱਜ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੰਤਰੀ ਇੰਦਰਬੀਰ ਸਿੰਘ ਨਿੱਜਰ ਹੋਰਾਂ ਨੇ ਪੰਜਾਬੀ ਕੌਮ ਬਾਰੇ ਬਹੁਤ ਘਟੀਆ ਟਿੱਪਣੀ ਕੀਤੀ ਆ ਕਿ ਇਹ ਬੇਵਕੂਫ ਕੌਮ ਆ, ਇਹਨਾਂ ਨੂੰ ਝੋਨੇ ਤੋਂ ਬਿਨਾਂ ਕੁਝ ਨਹੀਂ ਸੋਚਦਾ ਗਾ। ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਪੰਜਾਬ ਦੇ ਵਿੱਚ ਦਰਜਨਾਂ ਕਿਸਮ ਦੀਆਂ ਫਸਲਾਂ ਹੁੰਦੀਆਂ ਸੀ ਜੋ ਹਰੇ ਇਨਕਲਾਬ ਦੇ ਖੇਤੀ ਮਾਡਲ ਨੂੰ ਲਾਗੂ ਕਰਕੇ ਕਿਸਾਨਾਂ ਨੇ ਜਿਹੜੀਆਂ ਨੇ, ਸਰਕਾਰਾਂ ਨੇ ਜਿਹੜੀਆਂ ਨੇ ਬੰਦ ਕਰਵਾਈਆਂ, ਨਾ ਕਿ ਕਿਸਾਨਾਂ ਨੇ ਜਿਹੜੀਆਂ ਨੇ ਬੰਦ ਕੀਤੀਆਂ ਨੇ। ਜਦੋਂ ਸਰਕਾਰ ਸਿਰਫ ਕਣਕ ਝੋਨਾ ਖਰੀਦਦੀ ਆ, ਹੋਰ ਕਿਸੇ ਫਸਲ ਨੂੰ ਖਰੀਦਿਓ ਹੀ ਨਹੀਂ ਗੀ, ਤਾਂ ਕਿਸਾਨ ਦੀ ਮਜਬੂਰੀ ਆ ਕਿ ਉਹੀ ਫਸਲਾਂ ਜਿਹੜਾ ਸੀਗਾ ਉਹ ਬੀਜਦਾ ਹੈ। ਦੂਸਰਾ, ਉਹਨਾਂ ਨੇ ਕਿਹਾ ਕਿ ਇਹ ਕੌਮ ਇਸ ਕਰਕੇ ਬੇਵਕੂਫ ਆ ਕਿ ਇਹ ਨਹਿਰੀ ਪਾਣੀ ਦੀ ਜਿਹੜੀ ਵਰਤੋਂ ਗੀ ਉਹ ਨਹੀਂ ਕਰਦੀ ਗੀ। ਅਸੀਂ ਉਹਨਾਂ ਨੂੰ ਦੱਸ ਦੇਣਾ ਚਾਹੁੰਦੇ ਕਿ ਤੁਹਾਡੇ ਨੇਤਾ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਦੇ ਹਲਕੇ ਦੇ ਵਿੱਚ, ਧੂਰੀ ਹਲਕੇ ਦੇ ਵਿੱਚ, ਅਤੇ ਜਿਹੜਾ ਉਹਨਾਂ ਦਾ ਪਹਿਲਾ ਲੋਕ ਸਭਾ ਹਲਕਾ ਰਿਹਾ ਸੰਗਰੂਰ, ਉਹਦੇ 60 ਪਿੰਡਾਂ ਦੇ ਕਿਸਾਨ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ 'ਚ ਕਈ ਮਹੀਨਿਆਂ ਤੋਂ ਅੰਦੋਲਨ ਕਰ ਰਹੇ ਕਿ ਉਹਨਾਂ ਦੇ ਪਿੰਡਾਂ, ਉਹਨਾਂ ਦੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚੇ, ਅਤੇ ਤੁਹਾਡੀ ਸਰਕਾਰ ਨਹਿਰੀ ਪਾਣੀ ਦੇਣ ਤੋਂ ਆਨਾਕਾਨੀ ਕਰ ਰਹੀ ਆ। ਨਹਿਰੀ ਪਾਣੀ ਤਾਂ ਦੂਰ ਦੀ ਗੱਲ, ਅੱਜ ਤੱਕ ਮੁੱਖ ਮੰਤਰੀ ਪੰਜਾਬ ਨੇ ਉਹਨਾਂ ਕਿਸਾਨਾਂ ਦੇ ਨਾਲ ਮੀਟਿੰਗ ਤੱਕ ਜਿਹੜੀ ਆ ਉਹ ਨਹੀਂ ਕੀਤੀ ਗਈ। ਪਰ ਨਿੱਜਰ ਸਾਹਿਬ, ਤੁਹਾਡਾ ਇਹ ਕੋਈ ਕਸੂਰ ਨਹੀਂ, ਤੁਹਾਨੂੰ ਇਹ ਘਟੀਆ ਟਿੱਪਣੀਆਂ ਕਰਨੀਆਂ ਗੁੜਤੀ ਦੇ ਵਿੱਚ ਮਿਲੀਆਂ ਨੇ, ਕਿਉਂਕਿ ਤੁਹਾਡੀ ਪਾਰਟੀ ਇਸੇ ਦਿਸ਼ਾ 'ਚ ਚੱਲ ਰਹੀ ਆ, ਕਿਉਂਕਿ ਤੁਹਾਡੇ ਨੇਤਾ ਭਗਵੰਤ ਮਾਨ ਹੋਰੀ ਪਹਿਲਾਂ 2-3 ਵਾਰੀ ਪੰਜਾਬ ਦੇ ਕਿਸਾਨਾਂ ਬਾਰੇ ਘਟੀਆ ਅਤੇ ਅਪਮਾਨਜਨਕ ਟਿੱਪਣੀਆਂ ਕਰ ਚੁੱਕੇ ਆ। ਇਸ ਕਰਕੇ ਤੁਸੀਂ ਉਹਨਾਂ ਦੇ ਸਾਥੀ ਹੋਣ ਦੇ ਨਾਤੇ ਇੱਕੋ ਪਾਰਟੀ ਆ ਜਿਹਨੇ ਧਾਰਿਆ ਹੋਇਆ ਕਿਸਾਨਾਂ ਬਾਰੇ ਜਿਹੜੀ ਘਟੀਆ ਬੋਲਬਾਣੀ ਬੋਲਣੀ ਹੈਗੀ ਆ, ਉਸੇ ਕਰਕੇ ਤੁਸੀਂ ਬੋਲਿਓ। ਪਰ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਕੇਂਦਰ ਦੀ ਮੋਦੀ ਹਕੂਮਤ ਵੀ, ਉਹਨੂੰ ਵੀ ਸੱਤਾ ਦਾ ਬਹੁਤ ਫਤੂਰ ਚੜਿਆ ਸੀ, ਉਹ ਵੀ ਤੁਹਾਡੀ ਪਾਰਟੀ ਦੇ ਆਗੂਆਂ ਵਾਂਗੂ ਕਦੇ ਅੰਦੋਲਨ ਜੀਵੀ, ਕਦੇ ਖਾਲਿਸਤਾਨੀ, ਕਦੇ ਮਾਓਵਾਦੀ, ਕਦੇ ਪਾਕਿਸਤਾਨ ਦੇ ਏਜੰਟ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਕਹਿ ਰਹੇ ਸੀਗੇ, ਉਸੇ ਤਰ੍ਹਾਂ ਦੀ ਬੋਲਬਾਣੀ ਤੁਹਾਡੀ ਆ। ਪਰ ਜਿਸ ਤਰ੍ਹਾਂ ਮੋਦੀ ਸਰਕਾਰ ਦਾ ਸੱਤਾ ਦਾ ਨਸ਼ਾ ਕਿਸਾਨ ਅੰਦੋਲਨ ਲਾਇਆ, ਜਿਹੜਾ ਤੁਹਾਡੇ ਅਤੇ ਤੁਹਾਡੇ ਮੁੱਖ ਮੰਤਰੀ ਦੇ ਦਿਮਾਗ ਨੂੰ ਸੱਤਾ ਦਾ ਫਤੂਰ ਚੜਿਆ ਹੋਇਆ, ਇਹ ਵੀ ਪੰਜਾਬ ਦੀ ਕਿਸਾਨ ਲਹਿਰ ਜਲਦੀ ਜਿਹੜੀ ਹੈਗੀ ਆ ਉਹ ਲਾਊਗੀ। ਤੁਹਾਨੂੰ ਜਦੋਂ ਪੰਜਾਬੀਆਂ ਦੀਆਂ ਵੋਟਾਂ ਚਾਹੀਦੀਆਂ ਸੀ ਉਦੋਂ ਪੰਜਾਬੀ ਕੌਮ ਬਹੁਤ ਮਹਾਨ ਸੀ, ਅੱਜ ਜਦੋਂ ਵੋਟਾਂ ਲੈਣੀਆਂ ਲੋਕਾਂ ਨਾਲ ਵਾਅਦੇ ਨਹੀਂ ਪੂਰੇ ਕਰ ਰਹੇ, ਅਤੇ ਅੱਜ ਤੁਸੀਂ ਪੰਜਾਬੀ ਕੌਮ ਨੂੰ ਬੇਵਕੂਫ ਕਰ ਰਹੇ ਹਾਂ। ਤੁਹਾਨੂੰ ਇਸ ਤਰ੍ਹਾਂ ਦੀ ਘਟੀਆ ਸ਼ਬਦਾਵਲੀ ਨਹੀਂ ਵਰਤਣੀ ਚਾਹੀਦੀ, ਅਤੇ ਇਸ ਤਰ੍ਹਾਂ ਦੇ ਸ਼ਬਦ ਜਿਹੜੇ ਤੁਸੀਂ ਵਰਤੇ ਆ ਇਹਦੇ ਵਾਸਤੇ ਫੌਰੀ ਜਿਹੜੀ ਮਾਫੀ ਆ ਉਹ ਮੰਗਣੀ ਚਾਹੀਦੀ ਆ।